ਬਾਈ ਜੀ ਜਿਹੜਾ ਅਸੀਂ ਅੱਜ ਇਕੱਠ ਕੀਤਾ ਇਹ ਇੱਕ ਸਰਪੰਚੀ ਦੀ ਚੋਣ ਦੇ ਸੰਬੰਧੀ ਕੀਤਾ। ਸਾਡੇ ਪਿੰਡ ਦੇ ਵਿੱਚ ਤਿੰਨਾਂ ਪਾਰਟੀਆਂ ਨੇ ਰਲ ਕੇ ਚਾਰਾਂ ਪੰਜਾਂ ਘਰਾਂ ਨੇ ਰਲ ਕੇ ਜਾਣੀ ਕਿ ਇੱਕ ਸਰਪੰਚ ਬਣਾ ਲਿਆ ਸੀ ਆਪਦਾ ਸਰਬਸੰਮਤੀ ਨਾਲ, ਜੋ ਕਿ ਸਾਨੂੰ ਇਸ ਚੀਜ਼ ਨਹੀਂ ਮਨਜ਼ੂਰ ਸੀਗੀ। ਪਿੰਡ ਦੇ ਵਿੱਚ ਇਲੈਕਸ਼ਨ ਹੁੰਦਾ ਜਾਂਦਾ ਚਾਹੇ ਕੋਈ ਵੀ, ਜਿਹੜਾ ਬੰਦਾ ਸਾਫ਼ ਸੁਥਰਾ ਹੁੰਦਾ ਉਹ ਇਲੈਕਸ਼ਨ ਜਿੱਤ ਲੈਂਦਾ। ਜੇਕਰ ਕੋਈ ਕਿਸੇ 'ਚ ਕੋਈ ਕਾਨ ਹੁੰਦੀ ਤਾਂ ਉਹ ਸਿਰਫ ਜੇ ਕੋਈ ਕਿਸੇ 'ਚ ਕਾਨ ਹੋਊਗੀ ਤਾਂ ਉਹ ਕਾਣੇ ਨੂੰ ਕਾਨ ਭਾਸਰਦੀ ਆ, ਠੀਕ ਹੈ। ਸਾਨੂੰ ਇਹ ਸੀ ਵੀ ਇਲੈਕਸ਼ਨ ਹੁੰਦਾ ਚਾਹੇ ਕੋਈ ਜਿੱਤਦਾ, ਸਾਫ਼ ਸੁਥਰਾ ਇਲੈਕਸ਼ਨ ਹੁੰਦਾ। ਅਸੀਂ ਨਹੀਂ ਚਾਹੁੰਦੇ ਵੀ ਕੋਈ ਹੋਇਓ ਜਾਂ ਕੋਈ ਲੜਾਈ ਝਗੜੇ ਦਾ ਇਲੈਕਸ਼ਨ ਹੋਵੇ, ਸਾਫ਼ ਸੁਥਰਾ ਇਲੈਕਸ਼ਨ ਹੋਵੇ। ਇੱਕ ਜਿਹੜਾ ਇਹਨਾਂ ਨੇ ਜਰਨਲ ਬੰਦਾ 20 ਸਾਲ ਤੋਂ ਪਹਿਲਾਂ ਤਾਂ ਜਰਨਲ ਚੱਲੀ ਆਉਂਦੀ ਆ, ਐਤਕੀ ਐਸੀ ਭਾਈਚਾਰਾ ਤੋਂ ਤੜਾ ਕੇ ਇਹਨਾਂ ਨੇ ਫਿਰ ਜਰਨਲ ਕਰਾ ਲਈ। ਜਰਨਲ ਕਰਵਾ ਕੇ ਇਹਨਾਂ ਨੇ ਇੱਕ ਸਰਬਸੰਮਤੀ ਆਪਦੇ ਬੰਦੇ ਤੇ ਕਰਕੇ ਇੱਕ ਆਪਦਾ ਸਰਪੰਚ ਬਣਾ ਲਿਆ। ਉਹ ਜਾਣੀ ਕਿ ਬਈ ਸਾਨੂੰ ਨਹੀਂ ਮਨਜ਼ੂਰ ਹੈਗਾ, ਇਸੇ ਕਰਕੇ ਹੁਣ ਐਸੀ ਭਾਈਚਾਰਾ ਦੇ ਮੈਂ ਵੀ ਸਿੱਖ, ਵਾਰੀਅਰ ਸਿੱਖ ਜਾਂ ਜਿੰਨੇ ਵੀ ਸਾਡੇ ਰਾਜੇ ਸਿੱਖ ਹੋ ਗਏ, ਪਰਜਾਵਤ ਹੋ ਗਏ ਜਾਂ ਪੁਰਬੇ ਹੋ ਗਏ, ਠੀਕ ਹੈ, ਅਸੀਂ ਸਾਰਿਆਂ ਨੇ ਇੱਕ ਸਹਿਮਤੀ ਨਾਲ ਇੱਕ ਆਪਦਾ ਬੰਦਾ ਨਿਯੁਕਤ ਕਰਾਂਗੇ। ਉਹਨੂੰ ਅਸੀਂ 12 ਵਜੇ ਨੂੰ ਠੱਲਾਂਗੇ, ਸਾਫ਼ ਸੁਥਰਾ ਤੇ ਵਧੀਆ ਸੱਚਾ ਬੰਦਾ ਵੇਖਾਂਗੇ। ਜੇ ਕੋਈ ਸਾਨੂੰ ਲੱਗਿਆ ਵੀ ਇਹ ਬੰਦਾ ਸਰਪੰਚੀ ਦੇ ਕਾਬਲ ਹੈਗਾ ਤਾਂ ਉਹਨੂੰ ਸਰਪੰਚੀ ਲਈ ਅਸੀਂ ਠੱਲਾਂਗੇ, ਠੀਕ ਹੈ। ਬਾਕੀ ਅਸੀਂ 12 ਕੁ ਵਜੇ ਤੈਨੂੰ ਦੱਸ ਦਿਆਂਗੇ ਵੀ ਸਾਡੇ ਚੋਂ ਕੀ ਨਿਬੜਦਾ। ਇਹ ਸਾਨੂੰ ਪਹਿਲਾਂ ਤਾਂ ਜੀ NOCਆਂ ਨਹੀਂ ਦੇ ਰਹੇ, ਠੀਕ ਹੈ, ਫਿਰ ਸਾਨੂੰ ਲਿਸਟਾਂ ਨੇ ਬਹੁਤ ਪ੍ਰੋਬਲਮ ਆ ਰਹੀ ਆ, ਉਹ ਅਸੀਂ ਵੇਖਾਂਗੇ। ਜੇ ਸਾਨੂੰ ਉਹ ਨਾ ਮਿਲੀਆਂ ਅਸੀਂ ਆਪਦਾ ਪ੍ਰਦਰਸ਼ਨ ਵੀ ਕਰਾਂਗੇ, ਟਰਾਲੀਆਂ ਭਰ ਕੇ ਪਿੰਡਾਂ ਦੇ ਵਿੱਚੋਂ ਸ਼ਹਿਰ ਜਾਣਗੀਆਂ, ਸਾਨੂੰ ਜਿੱਥੇ ਸੂਤ ਲੱਗਿਆ ਸੀ ਆਪਦਾ ਧਰਨਾ ਲੱਗ ਕੇ ਸੀ ਆਪਦਾ ਰੋਸ ਪ੍ਰਦਰਸ਼ਨ ਕਰਾਂਗੇ। ਕਿਉਂਕਿ ਇਹ ਇੱਕ ਵੋਟ ਆ ਜਿਹੜੀ ਇੱਕ ਹਰੇਕ ਬੰਦੇ ਦਾ ਮਨੁੱਖੀ ਅਧਿਕਾਰ ਆ, ਆਪਣੇ ਕੋਲ ਇੱਕ ਇਹੀ ਅਧਿਕਾਰ ਰਹਿ ਗਿਆ ਆਪਾਂ ਵੋਟ ਨਾਲ ਜਵਾਬ ਦੇ ਸਕਦੇ ਇਹਨਾਂ ਨੂੰ, ਠੀਕ ਆ, ਜਿਹੜਾ ਆਪਾਂ ਜਵਾਬ ਦੇਣਾ। ਬਾਕੀ ਆਪਣੇ ਐਸੀ ਭਾਈਚਾਰੇ ਦੇ ਤੇ ਸਾਰੇ ਭਰਾਵਾਂ ਦੀ ਸਹਿਮਤੀ ਨਾਲ ਆ, ਜਿਹੜੇ ਬੰਦੇ ਦੀ ਉਮਰ ਰੱਖਣਗੇ ਉਹ ਬੰਦੇ ਨੂੰ ਸਰਪੰਚੀ ਦੇ ਦਾਅਵੇਦਾਰ ਬਣਾ ਕੇ ਉਹਦੇ ਕਾਗਜ਼ ਭਰਨ, ਕੱਲ ਨੂੰ ਸਾਰਾ ਪਿੰਡ ਇਕੱਠੇ ਹੋ ਕੇ ਜਾਵਾਂਗੇ। ਜਿਹੜੀ ਜਿਹੜੀ ਵੋਟ ਆ ਐਸੀ ਭਾਈਚਾਰੇ ਦੀ ਉਹ 2900 ਵੋਟ ਆ, ਜਿਹੜੀ 4400 ਵੋਟ ਆ ਟੋਟਲ ਪਿੰਡ ਦੀ, ਤੁਸੀਂ ਇਹ ਵੇਖ ਲਓ ਵੀ 4400 ਵੋਟ ਦੇ ਵਿੱਚੋਂ 2900 ਵੋਟ ਐਸੀ ਭਾਈਚਾਰੇ ਦੀ ਆ, ਮਗਰ ਰਹਿ ਗਈ 1400-1500 ਵੋਟ, ਠੀਕ ਆ, ਉਹ 1500 ਵੋਟ ਵੀ ਕਿਹਾ ਤਿੰਨ ਧੜਾਂ ਚ ਵੰਡੀ ਵੀ ਆ, ਠੀਕ ਹੈ। ਉਸੇ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਇੱਕ ਫੈਸਲਾ ਲਿਆ, 9 ਦੇ 9 ਮੈਂਬਰ ਹੋਣਗੇ ਜਿਹੜੇ ਉਹ ਐਸੀ ਭਾਈਚਾਰੇ ਦੇ ਲੜਨਗੇ ਸਾਡੇ ਲਈਓ, 9 ਦੇ 9 ਮੈਂਬਰ ਐਸੀ ਭਾਈਚਾਰੇ ਦੇ ਲੜਨਗੇ, ਸਰਪੰਚ ਐਸੀ ਭਾਈਚਾਰੇ ਚੋਂ ਠੱਲਾਂਗੇ। ਉਹ ਗਾਂ ਭਾਈ ਇਹਨਾਂ ਦੀ ਮਰਜ਼ੀ ਆ ਵੀ ਜੇਕਰ ਇਹਨੂੰ ਫਤਵਾ ਦਿੰਦੇ ਆ ਤਾਂ ਕੱਲ ਨੂੰ ਪੰਚਾਇਤ ਦੇ ਵਿੱਚ ਬਈ ਇਹ ਇੱਕ ਆਪਦੀ ਥਾਂ ਬਣਾਉਂਦੇ ਆ, ਸਾਰੀ ਪੰਚਾਇਤ ਨਰੋਲ। ਪਤਾ ਕੀ ਸੀ ਵੀ ਅਗਲੇ ਅੱਗੇ ਇੱਕ ਸਾਲ ਜਰਨਲ ਆਉਂਦੀ ਸੀ, ਇੱਕ ਵਾਰ ਐਸੀ ਆਉਂਦੀ ਸੀ, ਹੁਣ ਇਹਨਾਂ ਨੇ ਘੱਟੋ ਘੱਟ 20 ਸਾਲ ਹੋ ਗਏ ਜਰਨਲ ਹੀ ਤੁਰੀ ਆਉਂਦੀ। ਗੁੱਸਾ ਸਾਡੇ ਤਾਂ ਇਹ ਗੱਲ ਦਾ ਵੀ ਚਲੋ ਪਹਿਲਾਂ ਉਹ ਵਾਰੀ ਸਰ ਤੁਰੇ ਆਉਂਦੇ ਸੀ, ਉਹਦੇ ਵਿੱਚ ਸਾਨੂੰ ਵੀ ਕੋਈ ਦੁੱਖ ਨਹੀਂ ਸੀਗਾ ਤੇ ਅਗਲੇ ਨਾਲ ਵੀ ਸਹਿਮਤੀ ਹੁੰਦੀ ਸੀ, ਤੇ ਪਿੰਡ ਦੇ ਵਿੱਚ ਆਪਾਂ ਇੱਕ ਦੂਜੇ ਨਾਲ ਆਪਾਂ ਮੇਲ ਭਾਵਨਾ ਰਹਿੰਦੇ ਵੀ ਆਪਾਂ ਕਹਿੰਦੇ ਆ ਸਾਰਿਆਂ ਨਾਲ ਬੰਦੇ ਨੂੰ ਵਰਤਣੀ ਹੁੰਦੀ, ਇੱਕ ਬੰਦਾ ਹਰ ਇੱਕ ਬੰਦੇ ਨਾਲ ਵਰਤਦਾ ਕਿ ਪਿੰਡ ਦੇ ਵਿੱਚ ਹਰ ਬੰਦੇ ਨੂੰ ਮੂੰਹ ਮੱਥੇ ਰੱਖਣਾ, ਪਰ ਜਿਹੜੇ ਤਾਂ ਇਹਦੀ ਹੱਦ ਹੋ ਗਈ, ਇਹ ਹੱਦ ਕਰਕੇ ਇਹਨੂੰ ਕਰਕੇ ਫਿਰ ਅਸੀਂ ਸਾਨੂੰ ਉੱਤੇ ਲੱਗਣਾ ਪਿਆ। ਸਾਨੂੰ ਇਕੱਠ ਕਰਨ ਦਾ ਸ਼ੌਂਕ ਨਹੀਂ ਸੀਗਾ ਜੀ, ਵੀ ਪਿੰਡ ਦੇ ਵਿੱਚ ਰਹਿੰਦੇ ਹਾਂ, ਪਿੰਡ ਦੇ ਵਿੱਚ ਆਪਾਂ ਵਰਤਣਾ ਹਰ ਇੱਕ ਬੰਦੇ ਨਾਲ, ਹਰ ਇੱਕ ਬੰਦੇ ਦੇ ਕੰਮ ਜਾਣਾ, ਹਰ ਇੱਕ ਬੰਦੇ ਨੇ ਆਉਣਾ, ਠੀਕ ਹੈ, ਪਰ ਇਹ ਤਾਂ ਮਸਲਾ ਹੱਦ ਹੋ ਗਿਆ, ਇਹ ਤਾਂ ਹੁਣ ਮਸਲਾ ਇਹ ਤਾਂ ਕੰਟੀਨਿਊ ਚੱਲੀ ਜਾਊਗਾ ਗਾ ਜੇ ਅਸੀਂ ਨਾ ਆਵਾਜ਼ ਚੱਕੀ ਤਾਂ। ਜਰਨਲ
ਕੈਟਾਗਰੀ ਨੂੰ ਵੀ ਉਹਨਾਂ ਤੇ ਰੋਸ ਹੈ। ਉਹ ਜਿਹੜੇ ਕੈਂਡੀਡੇਟ ਹੈ ਉਹ ਇਸ ਪਿੰਡ ਦੇ ਵਿੱਚ ਜਨਰਲ ਕੈਟਾਗਰੀ ਦੇ ਲੋਕ ਹੋਰ ਹੈ ਨਹੀਂ। ਹਰ ਵਾਰੀ ਉਹਨਾਂ ਨੂੰ ਇਹ ਵੀ ਦੋ ਪਰਿਵਾਰ ਆ ਉਹ ਹੈ, ਪਿਤਾ ਪੁਰਖੀ ਵੀ ਪੰਚਾਇਤ ਉਹਦਾ ਸਰਪੰਚ ਬਣਨਾ, ਕੋਈ ਹੋਰ ਵੀ ਹੈ, ਕੈਪੇਬਲ ਵੀ ਹੈ, ਕਾਬਲੀਅਤ ਵੀ ਹੈ, ਬੜੇ ਹੋਰ ਵੀ ਜਨਰਲ ਕੈਟਾਗਰੀ ਦੇ ਹੈਗੇ ਹੈ। ਹਾਂ ਜਨਰਲ ਕੈਟਾਗਰੀ ਹੈ ਜਿਹੜੀ ਤਕਰੀਬਨ ਸਾਰੀ ਹੀ ਇਸ ਭਾਈਚਾਰੇ ਦੇ ਨਾਲ ਹੈ।